जिंदगी एक सफर है, इस सफर ने पता नहीं कदों मुक जाना। मंदभागी खबर पटियाला तो है, जिथे पटियाला तो देवीगढ़ रोड ते जा रही PRTC दी बस सड़क हादसे दा शिकार हो गई। इस हादसे दे विच बस ड्राइवर जसविंदर सिंह दी मौत हो गई। प्राप्त जानकारी दे अनुसार 42 साला जसविंदर सिंह पटियाला दे पिंड मीरापुर दा रहण वाला सी। PRTC दी बस पटियाला दे देवीगढ़ तो हुंदे हुए अंबाला वाल जा रही सी, जिथे सनी इनक्लेव दे नजदीक एक हादसा वापर गया। अति बस जंगलात महकमे दी जमीन दे विच जा वड़ी। घटना वाली थां ते पहुंचे PRTC दे इंस्पेक्टर गुरनैव सिंह दा कहना सी कि इंज जापदा है कि अगो आ रही बस नू बचाउण दे चक्कर दे विच एह हादसा होया, जिस दे विच साडे ड्राइवर दी मौत हो गई। असीं सरकार तों मंग करदे आं कि उस दे परिवार नू मुआवजा दित्ता जावे। ਅਸੀਂ ਕਿਉਂ ਬਾਅਦ ਚ ਆਏ ਤਾਂ ਮੌਕੇ ਨਾ ਟੈਕ ਟੂਕ ਵਾਲੇ ਸਾਡੇ ਕੋਲ ਇਦਾਂ ਦੀ ਕੋਈ ਗੱਲ ਨਹੀਂ ਪਹੁੰਚੀ, ਨਾ ਕੋਈ ਇਦਾਂ ਕੋਈ ਗੱਲ ਹੋਈ। ਡੀਪੂ ਚ ਗਿਆ ਜੀ, ਗੱਡੀ ਚੈੱਕ ਕਰਾ ਕੇ ਲਿਆ, ਸਾਰਾ ਕੁਝ ਠੀਕ ਸੀ। ਇੱਕ ਆ ਰਾਵੜ ਪਈ ਆ ਜੀ, ਇੱਥੇ ਕਿਸੇ ਜਿਵੇਂ ਬੱਸ ਦੀ ਪਈ ਹੁੰਦੀ ਆ ਜਾਂ ਇੰਡੀਕੇਟਰ ਜਿਹੜੇ ਰੋਡ ਦੇ ਉੱਪਰ ਖਿਲਰੇ ਪਏ ਨੇ, ਵੀ ਕਿਸੇ ਚੀਜ਼ ਨੂੰ ਜਿਵੇਂ ਬਚਾਉਣ ਦੇ ਚੱਕਰ 'ਚ ਹੋਇਆ ਹੁੰਦਾ ਜੀ, ਵੀ ਉਹ ਬੱਸ ਲੱਗੀ ਅੱਗੋਂ ਟੱਚ ਵੀ ਲੱਗਦੀ ਆ, ਆਹ ਰਾਵੜ ਵੀ ਪਈ ਆ ਜੀ ਉਹਦੀ ਕਿਸੇ ਦੂਸਰੀ ਬੱਸ ਦੀ। ਇਹਨੇ ਸਵਾਰੀਆਂ ਦੇ ਇੱਕ ਸਵਾਰੀ ਖੜੀ ਸੀ, ਉਹ ਦੱਸ ਰਹੀ ਵੀ ਕੋਈ ਮਤਲਬ ਇਹਨੇ ਰੌਲਾ ਵੀ ਪਾਇਆ ਜਦੋਂ ਗੱਡੀ ਟੱਚ ਹੋਣ 'ਤੇ ਆਈ ਹੈ। ਹੁਣ ਗੱਡੀ ਬਾਰੇ ਨਹੀਂ ਪਤਾ ਵੀ ਕਿਹੜੀ ਗੱਡੀ ਆ ਜੀ ਉਹ। ਕੀ ਆਪਣਾ ਕੀ ਨਾਮ? ਮੈਂ ਗੁਰਨੈਬ ਸਿੰਘ, ਇੰਸਪੈਕਟਰ ਜੀ PRTC ਦੇ ਵਿੱਚ ਪਟਿਆਲਾ ਡਿਪੂ ਜੀ। ਪਟਿਆਲਾ ਤੋਂ ਕਮਲਜੀਤ ਕੰਪੋਜ਼ ਦੀ ਰਿਪੋਰਟ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।